मोहाली शहर के अंदर एक बार फिर तो शरेआम गोलियां चलन का मामला सामने आ रहा है। दस दिए कि हासिल हुई जानकारी के अनुसार सैक्टर 82 स्थित फालकन व्यू दे विखे गोलियां चलिया ने। घटना अज सवेर की दसी जा रही है। इस संबंधी सूचना मिलते ही पुलिस के आला अधिकारी मौके पर पहुंची है। हर पक्षो तफ्तीश जारी है। दस दिए कि फिलहाल इस घटना संबंधी कोई वधेरे जानकारी नहीं प्राप्त हो सकी। इत्थे दसण योग गल इह भी है कि इस तो पहला मोहाली च कई बार गोलियां चलन दियां वारदातां वापर चुकिया ने। इस संबंधी एस पी मोहाली ने की कहा, आओ थानू सुनाउने आ उन्हां दी जुबानी। ਸਾਨੂੰ ਅੱਜ ਸਵੇਰੇ 7:30 ਵਜੇ ਪਤਾ ਲੱਗਿਆ ਕਿ ਇੱਥੇ ਫਰੰਟ ਦੇ ਵਿੱਚ ਗੋਲੀ ਚੱਲੀ ਹੈ। ਅਸੀਂ ਵੈਰੀਫਾਈ ਕਰ ਰਹੇ ਹਾਂ। ਹਾਂਜੀ ਸਰ, ਕਿੰਨੇ ਰਾਊਂਡ ਫਾਇਰ ਹੋਇਆ, ਕੀ ਸਮਾਂ? ਉਹ ਅਸੀਂ ਹੁਣ ਆਏ ਹੋਏ ਮੌਕੇ ਤੇ ਸਾਰਾ ਕਰਕੇ ਕਰਦੇ ਹਾਂ। ਬਾਕੀ ਤੇ ਜਿਹੜਾ ਇਹਦੀ ਬੈਕਗ੍ਰਾਉਂਡ ਹੈ ਬੰਦੇ ਦੀ, ਅਸੀਂ ਆਲਰੇਡੀ ਪਹਿਲਾਂ ਵੀ ਅੰਬਾਲੇ ਦੀ ਇੰਸੀਡੈਂਟ ਹੋਇਆ। ਠੀਕ ਹੈ ਜੀ, ਉੱਥੇ ਫਾਇਰ ਹੋ ਗਈ। ਕੀ ਨਾਮ ਕੀ ਸਰ? ਜਿੱਥੇ ਡਿਟੇਨ ਕਰ ਲਏ ਨੇ ਜੀ ਬੰਦੇ? ਨਹੀਂ, ਅਸੀਂ ਲੱਗੇ ਹੋਏ ਹਾਂ, ਟੀਮ ਬਣਾ ਕੇ ਹੈਗੇ ਹਾਂ। ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ? ਦੋ ਬੰਦੇ ਫੜੇ ਹੋਏ ਨੇ। ਅੱਛਾ, ਉਹਨਾਂ ਨੂੰ ਵੈਰੀਫਾਈ ਕਰਦੇ ਹਾਂ ਕਿ ਗੋਲੀ ਕਿੰਨੇ ਚਲਾਈ ਹੈ। ਸਰ, ਕੁਛ ਮਾੜਾ ਮੋਟਾ ਹੋਰ ਕੁਛ ਪ੍ਰਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਫਲੈਟ ਇਹਨਾਂ ਦਾ ਅਸੀਂ ਕਦੋਂ ਤੋਂ ਇੱਥੇ ਰਹਿ ਰਹੇ ਹਾਂ? ਉਹ ਉੱਥੇ ਵੈਰੀਫਾਈ ਕਰਨ ਆਏ ਹੋਏ ਆ, ਉਹ ਕਰਕੇ ਪਤਾ ਲੱਗ ਜੂਗਾ। ਠੀਕ ਹੈ ਜੀ। ਹੋਰ ਵਧੇਰੇ ਅਪਡੇਟ ਅਤੇ ਜਾਣਕਾਰੀ ਵੇਖਣ ਦੇ ਲਈ ਬਣੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਨਿਰਭੈ ਪੋਸਟ।